ਮਾਰਨ ਨੂੰ ਸ਼ੁਰੂ ਮੈਂ ਬਹੁਤ ਪਿਆ ਰਾਤੀ ਅਜੇ ਵੀ ਪੈ ਰਿਹਾ ਇੱਥੋਂ ਤੁਰਦੇ ਹਾਂ ਆਪਾਂ 2-3 ਘੰਟੇ ਤੱਕ ਇਹੋ ਜਿਹੇ ਮੌਸਮ 'ਚ ਡਰਾਈਵ ਕਰਨ ਦਾ ਬਹੁਤ ਨਜ਼ਾਰਾ ਆਉਂਦਾ ਹੁੰਦਾ ਕੱਲ੍ਹ ਡਰਾਈਵਰ ਨੇ ਵੀ ਚੰਗੀ ਤਰ੍ਹਾਂ ਕੱਪੜੇ ਸੁਕਾਏ ਨਹੀਂ ਅਤੇ ਮੈਂ ਥੋੜ੍ਹੇ ਜਿਹਾ ਆ ਕੇ ਫਿਰ ਗੱਡੀ 'ਚ ਫਰੋਲ 'ਤੇ ਹੀ ਕੰਮ ਦੀ ਗੱਲ ਕਰਦਾ ਸੀ ਮੈਂ ਸੋ ਚਲ 3-4 ਚੀਜ਼ਾਂ 'ਤੇ ਡਿਫਰੈਂਸ਼ੀਏਟ ਹੁੰਦੀਆਂ ਹੀ ਹੈ ਨਾ ਪਲਾਸਟਿਕ ਇਹ ਦਿਸ ਦੈਟ ਸੋ ਪਲਾਸਟਿਕ ਪੇਪਰ ਜਾਂ ਗੱਤੇ ਮੈਟਲ ਵਾਈਟ ਗਲਾਸ ਗ੍ਰੀਨ ਗਲਾਸ ਬਰਾਊਨ ਗਲਾਸ ਤਿਆਰੀਆਂ ਆਪਣੀਆਂ ਇੱਥੋਂ ਭਰੀਏ ਪਾਣੀ ਆਪਾਂ ਇਹ ਭਾਂਡੇ ਧੋਤੇ ਨਹਾਈ ਧੋਈ ਕੀਤੀ ਇਹ ਗੰਦਾ ਪਾਣੀ ਹੈ ਜੀ ਇਹ ਹੈਗੀ ਆਪਣੀ ਪਾਣੀ ਵਾਲੀ ਗੇਜ ਅਤੇ ਹੋ ਗਈ ਪੋਰੀ ਇਹਨਾਂ ਨੇ ਕੱਲ੍ਹ ਪੁੱਛਿਆ ਸੀ ਬ੍ਰੇਕਫਾਸਟ ਵਾਸਤੇ ਬ੍ਰੈਡ ਲੈਣੇ ਕਿ ਨਹੀਂ ਮੈਂ ਲੈਣੇ ਯਾਰ ਕਹਿੰਦੇ ਫਰੈਸ਼ ਬਣਾਈਦਾ ਰੋਜ਼ ਸੋ ਉਨਾ ਵੀ ਬਣਾਈਦਾ ਜਿੰਨੀ ਕੁ ਔਡਰ ਹੁੰਦਾ ਅਤੇ ਮੈਂ ਕੱਲ੍ਹ ਔਡਰ ਕੀਤੇ ਹੁਣ ਆਪਾਂ ਨਿਕਲੀਏ ਇੱਕ ਹੱਥ ਦੁੱਧ ਵੀ ਫਰਮ ਹੋ ਗਏ ਇੱਕ ਰਸਤੇ ਵਾਸਤੇ ਲੈ ਲਿਆ ਨੈਕਸਟ ਆਪਣੀ ਡੈਸਟੀਨੇਸ਼ਨ ਹੈਗੀ 823 ਕਿਲੋਮੀਟਰ ਫਰਾਂਸ ਦੇ ਵਿੱਚ ਅਤੇ ਕੋਸ਼ਿਸ਼ ਕਰਨੀ ਆ ਕਿ ਅੱਜ ਹੀ ਚੱਲ ਜਾਈਏ ਹੈ ਨਾ ਕਿਉਂਕਿ ਜੇ ਮੈਂ ਬਿਨਾਂ ਰੁਕੇ ਵੀ ਜਾਵਾਂ ਤਾਂ ਅਰਾਊਂਡ 6 ਵਜੇ ਸ਼ਾਮਾਂ ਨੂੰ ਪਹੁੰਚਦਾ ਰੁਕਣਾ ਵੀ ਆ ਚਾਹ ਪਾਣੀ ਵੀ ਪੀਣੀ ਹੈ ਰੋਟੀ ਵੀ ਖਾਣੀ ਹੈ ਸੋ ਆਪਣਿਆਂ ਨੂੰ ਫੋਰਸ ਨਹੀਂ ਕਰਨਾ ਜੇ ਨਾ ਪਹੁੰਚਦੇ ਹੋਏ ਅਤੇ ਲਾਗੇ ਛਾਗੇ ਆਪਾਂ ਇੱਦਾਂ ਕੋਈ ਟਿਕਾਣਾ ਲੱਭ ਕੇ ਉੱਥੇ ਟਿਕ ਜਾਵਾਂਗੇ ਕਰੀਏ ਸਫ਼ਰ ਸਟਾਰਟ ਹਾਈਵੇ 'ਤੇ ਪਰਲੀ ਸਾਈਡ ਜਾਮ ਲੱਗਾ ਵਾ ਅਤੇ ਜਿੱਥੇ ਆਪਣੀ ਗੱਡੀ ਰੁਕੀ ਉੱਥੇ ਨਾਲ ਹੀ ਸੱਜੇ ਹੱਥ ਹੈਗੀ ਸੀ ਪਾਰਕਿੰਗ ਅਤੇ ਮੈਂ ਕਿਹਾ ਉਹਨਾਂ ਚਿਰ ਚਾਹ ਹੀ ਪੀ ਲੈਂਦੇ ਆਪਾਂ ਬਣਾ ਕੇ ਅੱਜ ਆਪਣੇ ਕੋਲ ਫਰੂਟ ਤਾਂ ਗਏ ਆ ਮੱਕ ਸਮਾਨ ਲੈਣ ਵਾਲਾ ਹੋ ਗਿਆ ਫੱਕਾ ਮਾਰ ਲੈਂਦੇ ਫੱਕਾ ਥੱਲਿਓਂ ਚੱਕ ਕੇ ਗਿਰੀਆਂ ਜਾਣੀ ਕਿ ਮੂੰਗਫਲੀ ਵਾਲੀਆਂ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਦਾ ਇੱਕ ਵਾਰੀ ਨਾ ਸਾਡੇ ਅਸੀਂ ਉੱਥੇ ਪਿੰਡ ਹੀ ਹੁੰਦੇ ਹਾਂ ਜਵਾਕ ਹੀ ਹੁੰਦੇ ਹਾਂ 12-13 ਸਾਲਾਂ ਦੇ ਮੇਰਾ ਇੱਕ ਮੁੰਡਾ ਯਾਰ ਦੋਸਤ ਆਇਆ ਦੁੱਧ ਫੜਦੇ ਹਾਂ ਮੁੰਡਾ ਯਾਰ ਦੋਸਤ ਮੇਰੇ ਕੋਲ ਆਇਆ ਮੈਂ ਮੋੜ ਜਿਹੜੇ ਖਲੋਤਾ ਸੀ ਮੈਂ ਨਾ ਇੱਦਾਂ ਬਦਾਮ ਖਾਣ ਡਿਆ ਹਾਂ ਕਹਿੰਦਾ ਕੀ ਖਾਂਦਾ ਮੈਂ ਬਦਾਮ ਕਹਿੰਦਾ ਦਹੀਂ ਹੈ ਇੱਕ ਗਰੀ ਦਹੀਂ ਇੱਕ ਕਿ ਦੋ ਪਤਾ ਨਹੀਂ ਹੈ ਨਾ ਮੇਰੇ ਹੱਥ 3-4 ਹੀ ਮੈਂ ਇੱਕ ਦੋ ਉਹਨੂੰ ਦੇ ਦਿੱਤੇ ਹਾਂ ਇਹ ਨਾ ਜਾਣੀ ਕਿ ਮੂੰਹ 'ਚ ਚੱਥੇ ਹੀ ਹੋਣੇ ਆ ਕੁਛ ਨਹੀਂ ਰਹਿਣਾ ਚੱਥ ਕੇ ਕਰਨ ਲੱਗ ਪਿਆ ਫਰਕ ਤਾਂ ਪੈਂਦਾ ਯਾਰ ਕਹਿੰਦਾ ਵੈਸੇ ਮੈਂ ਸਾਲਿਆ ਇਹ ਦੋਵਾਂ ਨੇ ਤੈਨੂੰ ਕੀ ਫਰਕ ਪਾ ਦੇਣਾ ਹੈ ਅਤੇ ਪਹਿਲੀ ਗੱਲ ਮੈਂ ਜੇ ਹੈ ਵੀ ਤੇਰੇ ਮੂੰਹ 'ਚ ਹੀ ਆ ਜੇ ਉਹ ਅੱਧਾ ਆਪਣਾ ਹੈ ਹੁਣ ਵਰਤ ਲੈਂਦੇ ਹਾਂ ਅੱਧਾ ਬਾਅਦ 'ਚ ਵਰਤਿਆ ਜਾਊ
ਕੁਝ ਸਾਨੂੰ ਵੀ ਸਮਝ ਆ ਜਾਣੀ ਕਿੱਦਾਂ ਦੇ ਸੱਜਣ ਟੋਲਦੀਏ ਇਹਦੇ ਨਾਲ ਦੇ ਆਪਾਂ ਲਿਆ ਦੋ ਬ੍ਰੈਡ ਇਹ ਚੀਜ਼ ਦੇ ਨਾਲ ਬਣੇ ਇਸ ਵੇਲੇ ਆਪਾਂ ਲੰਘ ਰਹੇ ਹਾਂ ਜਰਮਨ ਦੀ ਇੱਕ ਸਿਟੀ ਦੁਰਲੱਕ ਵਿੱਚੋਂ DURLACH ਕਾਫੀ ਵੱਡੀ ਹੈ ਕਿਉਂਕਿ ਮੈਂ ਵਿੱਚੋਂ ਪਿੰਡਾਂ ਦੀ ਪਾਲਿਆ ਸੀ ਹੈ ਨਾ ਹਾਈਵੇ ਛੱਡਤਾ ਸੀ ਮੈਂ ਅਤੇ ਸੋਹਣੇ ਪਿੰਡ ਵਗੈਰਾ ਆਏ ਉਹੀ ਕਾਲਾਂ 'ਤੇ ਪਿਛਲੇ 4 ਘੰਟੇ ਹੋ ਗਏ ਕਾਲਾਂ ਦੇ ਉੱਪਰ ਹੀ ਹਾਂ ਸੋ ਕੁਝ ਨਹੀਂ ਰਿਕਾਰਡ ਕਰ ਸਕਿਆ ਅਤੇ ਬੋਲ ਬੋਲ ਕੇ ਵੈਸੇ ਵੀ ਬੱਸ ਹੋ ਗਈ ਹੁਣ ਤਾਂ ਇਹ ਆਪਾਂ ਜਰਮਨੀ ਤੋਂ ਫਰਾਂਸ 'ਚ ਵੜ ਚੱਲੇ ਹਾਂ 1 ਕਿਲੋਮੀਟਰ 'ਤੇ ਫਰੈਂਚ ਬਾਰਡਰ ਆ ਨਹਿਰ ਜੀ ਇੱਕ ਹਿਸਾਬ ਦਾ ਬਾਰਡਰ ਦਾ ਕੰਮ ਕਰਦੀ ਆ ਤਾਂ ਆਫੀਸ਼ਲੀ ਉਹ ਅੱਗੇ ਜੇ ਆ ਨਹਿਰ ਹੀ ਆ ਹੈ ਨਾ ਹਾਂ ਔਰ ਲਾਈਨ ਜੀ ਕਾਲੀ ਜੀ ਇਹ ਬਾਰਡਰ ਆ ਵੜ ਗਏ ਆਪਾਂ ਫਰਾਂਸ ਇਹ ਰਾਂ ਜੀ ਕੋਟੀ ਸੱਚ ਕਹੋਗੇ ਚੇਂਜ ਹੋ ਗਈ ਇੱਥੇ ਹੀ ਲੱਗੀ ਪਈ ਸੀ ਸੋਹਣੀ ਸੀ ਅਤੇ ਹੈ ਵੀ ਸਾਰੀ 9 ਯੂਰੋ ਦੀ ਇਹ ਜੋ ਕੰਮ ਲਿਟਲ ਵਾਲੇ ਕਰਦੇ ਆ ਉਹੀ ਐਲਡੀ ਵਾਲੇ ਕਰਦੇ ਆ ਇਹਨਾਂ ਦੇ ਵੀ ਇੱਕ ਸੈਕਸ਼ਨ ਹੁੰਦਾ ਵਾ ਕੁਆਲਿਟੀ ਵਾਲੀਆਂ ਚੀਜ਼ਾਂ ਦਾ ਅਤੇ ਸਸਤੀਆਂ ਦਾ ਸੋ ਵਧੀਆ ਲੱਗੀ ਮੈਨੂੰ ਅਤੇ ਮੈਂ ਗੱਲ ਲੱਗਾ ਹੀ ਕਰਨਾ ਇਹ ਕਣਕਾਂ ਦੀ ਕਿ ਜਿਹੜੇ ਜਿਹੜੇ ਮੁਲਕਾਂ 'ਚ ਠੰਡ ਪੈਂਦੀ ਹੈ ਅਤੇ ਕਣਕ ਬੀਜੀ ਜਾਂਦੀ ਨਾ ਉੱਥੇ ਵੱਢੀ ਤਕਰੀਬਨ ਉਹੀ ਜੂਨ ਜੁਲਾਈ ਅਗਸਤ ਇਹਨਾਂ ਮਹੀਨਿਆਂ 'ਚ ਵੱਢੀ ਜਾਂਦੀ ਹੈ ਕਿਉਂਕਿ ਪੁੰਗਰ ਦੀ ਮਾਰਚ ਤੋਂ ਬਾਅਦ ਆ ਮਾਰਚ ਅਪ੍ਰੈਲ 'ਚ ਬੂਥਾ ਕੱਢਦੀ ਆਪਣਾ ਆਫਟਰ ਬਰਫ ਫਾਈਨਲੀ ਥੋੜ੍ਹਾ ਜਿਹਾ ਟੈਨਸ਼ਨ ਤੋਂ ਦੂਰ ਹੋਣ ਲਈ ਉਹ ਜਹਾਜ਼ ਵਾਲਾ ਸਾਈਨ ਲਾ ਕੇ ਅਤੇ ਗਾਣੇ ਸੁਣੇ ਜਾ ਰਹੇ ਆ ਜਿਹੜੇ ਯੂਟਿਊਬ ਤੋਂ ਡਾਊਨਲੋਡ ਕੀਤੇ ਆ ਚੜ੍ਹ ਜਾ ਹੁਣ ਇੱਕ ਹੱਥ 'ਚ ਫੋਨ ਆ ਗੇਅਰ ਵੀ ਨਹੀਂ ਮੇਰੇ ਤੋਂ ਚੇਂਜ ਹੋਣਾ ਹੋਣਾ ਅਤੇ ਸੋਹਣਾ ਲੱਗਦਾ ਸੀ ਗਰੀਨਰੀ ਜੀ ਅਸਮਾਨ ਸੋਹਣੀ ਜੀ ਸੜਕ ਫਰਾਂਸ ਦੇ ਵਿੱਚ ਮੈਂ ਇੱਕ ਬਾਹਲੀ ਬੇਤਬਾਰੀ ਜੀ ਵੀ ਵੇਖੀ ਹੈ ਪਤਾ ਨਹੀਂ ਕੀ ਚੱਕਰ ਆ ਨੋਰਮਲੀ ਪੰਪਾਂ 'ਤੇ ਇੱਦਾਂ ਮਹਿੰਗਾ ਹੁੰਦਾ ਜ਼ਿਆਦਾਤਰ ਦੁਨੀਆ 'ਚ ਵੀ ਤੇਲ ਪਹਿਲਾਂ ਪਵਾੜੋ ਬਾਅਦ ਦੇ ਵਿੱਚ ਪੇ ਕਰ ਦਿਓ ਇੱਥੇ ਭਾਈ ਹੋਣੇ ਕਹਿੰਦੇ ਪਹਿਲਾਂ ਕਰੋ ਜਦੋਂ ਕਿਤੇ ਵੀ ਮੈਂ ਇਹਨਾਂ ਮਹਿੰਗੀਆਂ ਕੰਟਰੀਆਂ 'ਚ ਤੇਲ ਪਵਾਉਣਾ ਨਾ ਉਦੋਂ ਇੱਕੋ ਹੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਆ ਫਰੈਂਚ ਕਾਪੂਚੀਨੋ ਵਿਦ ਚੋਕਲੇਟ ਅਤੇ 3 ਯੂਰੋ ਦੀ ਆ ਇਹ ਆ ਜੀ ਆਪਣੀ ਅੱਜ ਦੀ ਸਟੇ ਇਹ ਵੀ ਆਪਾਂ ਇੱਦਾਂ ਲੱਭੀ ਸੀ ਇਹ ਨਾ ਲੋਕ ਉੱਤੇ ਉਹ ਐਪ ਜਿਹੜੀ ਯੂਜ਼ ਕਰਦੇ ਆ ਮੋਟਰ ਹੋਮਾਂ ਵਾਲੇ ਉਹ ਜਿਹੜੀ ਇੱਦਾਂ ਦੀ ਕੋਈ ਸੁੰਨਸਾਨ ਦੀ ਥਾਂ ਹੁੰਦੀ ਨਾ ਉਹ ਲਿਸਟ ਕਰ ਦਿੰਦੇ ਆ ਅਤੇ ਲੋਕ ਉਸ 'ਤੇ ਰਿਵਿਊ ਪਾ ਦਿੰਦੇ ਫਿਰ ਹੈ ਨਾ ਆਹ ਵੇਖੋ ਟੈਰਾਂ ਟੂਰਾਂ ਦੇ ਨਿਸ਼ਾਨ ਲੱਗੇ ਆ ਨਾ ਵੀ ਇੱਥੇ ਲੋਕ ਪਾਰਕ ਇੱਥੇ ਵੀ ਪਾਈ ਸੀ ਅਤੇ ਲੋਕਾਂ ਨੇ ਵਧੀਆ ਰਿਵਿਊ ਦਿੱਤੇ ਸੀ ਕਿ ਵਧੀਆ ਵਾ ਪੀਸਫੁੱਲ ਆ ਵਿਊ ਸੋਹਣੇ ਆ ਹੈ ਨਾ ਪਹਾੜੀਆਂ ਪੂੜੀਆਂ ਦੇ ਅਤੇ ਫਿਰ ਮੈਂ ਇਹ ਵੀ ਕੇਰੀ ਚੈੱਕ ਕਰਦਾ ਹੁੰਦਾ ਜਿਹੜੀਆਂ ਕਿਉਂਕਿ ਉਹਦੇ ਵਿੱਚ ਫਿਲਟਰ ਲੱਗ ਜਾਂਦਾ ਕਿ ਤੁਸੀਂ ਤੁਹਾਨੂੰ ਕਿਹੋ ਜਿਹੀਆਂ ਸਟੇਜ ਚਾਹੀਦੀਆਂ ਨਾ ਉਹਦੇ 'ਚ ਮੈਂ ਫਿਲਟਰ ਯੂਜ਼ ਇਹੀ ਕੀਤਾ ਸੀ ਵੀ ਜਿੱਥੇ ਕੋਈ ਨਾ ਹੋਵੇ ਇਹੋ ਜਿਹੀ ਹੈ ਨਾ ਸੁੰਨ ਮਸਾਨ ਵਾਲੀਆਂ ਥਾਵਾਂ ਹੀ ਆ ਅਤੇ ਕਈ ਵਾਰੀ ਕੀ ਹੁੰਦਾ ਵੀ ਇਹੋ ਜਿਹੀਆਂ ਸੁੰਨ ਮਸਾਨ ਵਾਲੀਆਂ ਜਿਹੜੀਆਂ ਥਾਵਾਂ ਹੁੰਦੀਆਂ ਵਾ ਉਹੜੀਆਂ ਥਾਵਾਂ ਨਾ ਕਈ ਵਾਰੀ ਕਿਸੇ ਦੀਆਂ ਕੋਈ ਪ੍ਰੋਪਰਟੀ ਵੀ ਹੋ ਸਕਦੀ ਆ ਜਾਂ ਕਈ ਵਾਰੀ ਪਿੰਡ ਦੇ ਲੋਕ ਵੀ ਗੁੱਸਾ ਕਰਦੇ ਆ ਕਿ ਜਿਹੜੇ ਗੱਡੀਆਂ ਗੁੱਡੀਆਂ ਵਾਲੇ ਆਉਂਦੇ ਆ ਗੰਦ ਪਾਉਂਦੇ ਕਿਉਂਕਿ ਕਈ ਲੋਕ ਇੱਦਾਂ ਹੀ ਹੈ ਨਾ
ਕਈ ਲੋਕ ਫਿਰ ਸਿੱਟ ਸੁੱਟ ਵੀ ਜਾਂਦੇ ਆ ਅਤੇ ਕਈ ਲੋਕ ਫਿਰ ਇੱਦਾਂ ਪਿੰਡਾਂ ਵਾਲੇ ਪਾਰਕ ਨਹੀਂ ਕਰਨ ਦਿੰਦੇ ਹੈ ਨਾ ਜੇ ਉਹ ਉਹਦੀ ਚੀਜ਼ ਵਾਸਤੇ ਨਹੀਂ ਕਿਤੇ ਕੋਈ ਪਿੰਡ ਦੇ ਰੈਜੀਡੈਂਟ ਵੀ ਕਹਿ ਸਕਦੇ ਆ ਵੀ ਨਹੀਂ ਯਾਰ ਤੁਸੀਂ ਇੱਥੇ ਰਾਤ ਨਹੀਂ ਰੁਕ ਸਕਦੇ ਅਤੇ ਫਿਰ ਮੈਂ ਰਿਵਿਊ ਚੈੱਕ ਕਰ ਲੈਂਦਾ ਹੁੰਦਾ ਸਾਰੇ ਵੀ ਰਿਵਿਊ ਦੇ ਵਿੱਚ ਕਿਸੇ ਨੇ ਕਿਸੇ ਮੈਨਸ਼ਨ ਤਾਂ ਨਹੀਂ ਕੀਤਾ ਕਈ ਇਹ ਮੈਂ ਇਹੋ ਜਿਹੀਆਂ ਥਾਵਾਂ ਲੱਭੀਆਂ ਮੈਨੂੰ ਵਧੀਆ ਲੱਗੀਆਂ ਪਰ ਇੱਕ ਜਾਂ ਦੋ ਰਿਵਿਊ ਐਸੇ ਸੀ ਜਿਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਸਾਨੂੰ ਲੋਕਲਸ ਨੇ ਮਨਾ ਕਰਤਾ ਵੀ ਨਹੀਂ ਤੁਸੀਂ ਇੱਥੇ ਨਹੀਂ ਰੁਕ ਸਕਦੇ ਹੈ ਨਾ ਰਾਤ ਸੋ ਇਹਦੇ ਮੈਂ ਸਾਰੇ ਰਿਵਿਊ ਚੈੱਕ ਕੀਤੇ ਅਤੇ ਇਹਦੇ ਵਿੱਚ ਇੱਦਾਂ ਦਾ ਕੋਈ ਪੰਗਾ ਨਹੀਂ ਲੱਗਾ ਸਾਰਿਆਂ ਨੇ ਬਹੁਤ ਵਧੀਆ ਕਿਹਾ ਵੀ ਬਹੁਤ ਵਧੀਆ ਰਾਤ ਬੜੀ ਪੀਸਫੁੱਲ ਸੀ ਸੋ ਆਪਾਂ ਦੇਖਦੇ ਹਾਂ ਵੀ ਹੁੰਦਾ ਹੀ ਆ ਕਿਸੇ ਤੁਸੀਂ ਡੈਜ਼ੀਗਨੇਟਡ ਥਾਂ 'ਤੇ ਰੁਕੇ ਹਾਂ ਅਤੇ ਤੁਹਾਨੂੰ ਕੋਈ ਪਰਵਾਹ ਨਹੀਂ ਹੁੰਦੀ ਨਾ ਕੈਂਪਿੰਗ ਸਟੇਸ਼ਨ ਆ ਜਾਂ ਕਈ ਮਿਊਨਸੀਪੈਲਿਟੀ ਵੱਲੋਂ ਤੁਸੀਂ ਜਿਹੜੀਆਂ ਪਿਛਲੀ ਵੀਡੀਓ ਦੇ ਵਿੱਚ ਵੇਖੀਆਂ ਨੇ ਫਰੀ ਆਫ ਕੋਸਟ ਵੀ ਹੁੰਦੀਆਂ ਬਹੁਤ ਪਰ ਫਰੀ ਆਫ ਕੋਸਟ 'ਤੇ ਵੀ ਹੁੰਦਾ ਕਿ ਉੱਥੇ ਰਸ਼ ਹੁੰਦਾ ਨਾ ਹੋਰ ਵੀ ਉਹ ਜਿਹੇ ਹੁੰਦੇ ਆ ਜੇ ਤਾਂ ਆਪਾਂ ਹੋਈਏ ਐਕਸਟ੍ਰੋਵਰਟ ਫਿਰ ਤਾਂ ਆਪਾਂ ਭੱਜ ਭੱਜ ਜੋੜੀਆਂ ਥਾਵਾਂ 'ਤੇ ਜਾਈਏ ਪਰ ਆਪਾਂ ਹੈਗੇ ਹਾਂ ਜਿਹਨੂੰ ਆਖ ਦਿੰਦੇ ਇੰਗਲਿਸ਼ ਦਾ ਵਰਡ ਇੰਟਰੋਵਰਟ ਸੋ ਇਸ ਕਰਕੇ ਆਪਾਂ ਨੂੰ ਹੁੰਦਾ ਯਾਰ ਉੱਥੇ ਚੱਲ ਗਏ ਇੱਥੇ ਲੋਕ ਨਾ ਹੋਣ ਅਤੇ ਬਾਕੀ ਠੀਕ ਆ ਮੈਂ ਆਪਣਾ ਹੁਣ ਰੋਟੀ ਪਾਣੀ ਦਾ ਜਿਗਾੜ ਜਿਹਾ ਕਰਦਾ ਹਵਾ ਠੰਡੀ ਆ ਆਈ ਹੋਪ ਰਾਤ ਨੂੰ ਨਾ ਹੀ ਕੋਈ ਆਵੇ ਉੱਦਾਂ ਨਾ ਮੈਂ ਗਲਤ ਜੀ ਲਾਈ ਉੱਦਾਂ ਮੈਂ ਉਹਦੇ ਹਿਸਾਬ ਨਾਲ ਲਾ ਦਿੰਦਾ ਵਾ ਕਿ ਜੇ ਕੋਈ ਆਇਆ ਵੀ ਤਾਂ ਉਹਨੂੰ ਪਾਰਕਿੰਗ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਵੀ ਆਪਾਂ ਸਾਰੀ ਗਰਾਊਂਡ ਲਾ ਮੰਨਗੇ ਉੱਦਾਂ ਤਾਂ ਬਹੁਤ ਥਾਂ ਵਾ ਇੱਥੇ ਮੈਨੂੰ ਲੱਗਦਾ ਵਾ ਵੀ 4-5 ਆਰਾਮ ਨਾਲ ਖੜੀਆਂ ਹੋ ਸਕਦੀਆਂ ਥੋੜ੍ਹਾ ਜਿਹਾ ਕੰਮ ਕਰਨ ਵਾਲਾ ਸੀ ਰੈਸਟੋਰੈਂਟਾਂ ਦਾ ਉਹ ਕੀਤਾ ਇਹ ਵੀ ਲਿਆ ਸੀ ਆਪਾਂ ਪਜਾਮਾ ਹੱਥ ਉੱਥੋਂ ਇਹ ਵੀ ਵਧੀਆ ਟਰੈਕਿੰਗ ਵਾਲਾ ਇਹ ਹੈਗਾ 9 ਯੂਰੋ ਦਾ ਉੱਥੋਂ ਮਿਲਿਆ ਹੈ ਨਾ ਘੈਂਟ ਹੈ ਵੀ ਅਤੇ ਵਾਈਨ ਸੇਬ ਦੁੱਧ ਖੰਡ ਵੀ ਆਪਣੀ ਮੁੱਕਣ ਵਾਲੀ ਉਹ ਲੈ ਲਈ ਫਰੂਟ ਲੈ ਲਏ ਥੋੜ੍ਹੇ ਜਿਹੇ ਇਹ ਫੋਸਤੀਨੋ ਬਹੁਤ ਵਧੀਆ ਰਿਓਖਾ ਕਰਿਆਂਸਾ ਸੋ ਕਰਿਆਂਸਾ ਹੁੰਦੀ ਜਿਹਨੂੰ ਘੱਟੋ ਘੱਟ 2 ਸਾਲ ਬੈਰਲ ਦੇ ਵਿੱਚ ਰੱਖਿਆ ਜਾਵੇ ਅਤੇ ਵਧੀਆ ਇਹ ਹੈਗੀ ਵੀ ਉੱਥੋਂ ਦੀ ਸਪੇਨ ਦੀ ਆ ਰਿਓਖਾ ਰੀਜਨ ਦੀ ਜਿੱਦਾਂ ਮੈਂ ਕਿਹਾ ਕਿ ਵੀ ਉੱਦਾਂ ਦਾ ਰਿਵਿਊ ਕਿਸੇ ਨੇ ਨਹੀਂ ਪਾਇਆ ਵੀ ਸਾਨੂੰ ਉੱਥੇ ਕਿਸੇ ਨੇ ਮਨਾ ਕੀਤਾ ਬਸ ਇਹੋ ਡਰ ਰਹਿੰਦਾ ਇਹੋ ਜਿਹੀ ਥਾਂ 'ਤੇ ਵੀ ਉਹ ਨਾ ਅੱਧੀ ਰਾਤ ਨੂੰ ਆ ਕੇ ਕੋਈ ਮੇਰਾ ਬੂਹਾ ਖੜਕਾਵੇ ਇਹਦਾ ਹੈ ਨਾ ਭਾਈ ਕਿੱਧਰ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਹੋਣੀ ਤਾਂ ਨਹੀਂ ਚਾਹੀਦੀ ਇੱਕ ਸਾਡੇ ਨਾਲ ਕਨੇਡਾ ਹੋ ਗਿਆ ਜਦੋਂ ਇਹ ਕਨੇਡਾ ਨਹੀਂ ਗਿਆ ਮੈਂ ਤਾਂ ਪਿੰਡੋਂ ਕਨੇਡਾ ਮੋਟਰ ਹੋ ਜੇ ਤੇ ਇਹਨੂੰ ਮੈਂ ਬੜਾ ਗਿਆ ਇਹਨਾਂ ਨੇ ਇੱਕ ਥਾਂ 'ਤੇ ਲਾ ਤਾ ਮੈਂ ਕਿਹਾ ਮਿੰਟੂ ਨਾ ਲਾ ਹੈ ਨਾ ਵੀ ਸਹੀ ਨਹੀਂ ਹੈਗਾ ਹੈ ਨਾ ਇਹਨੇ ਭਰਾਵਾ ਕਹਿੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹੈ ਨਾ ਕਈਆਂ ਨੂੰ ਹੁਣ ਹੈ ਨਾ ਤਬੀਅਤ ਵੈਸੇ ਉੱਦਾਂ ਦੀ ਹੋਣੀ ਚਾਹੀਦੀ ਕਈਆਂ ਨੂੰ ਨਾ ਕੁਛ ਵੀ ਕਹਿ ਦਿਉ ਉਹਨਾਂ ਨੂੰ ਲੱਥੀ ਚੜੀ ਨਹੀਂ ਹੁੰਦੀ ਪਰ ਕਈਆਂ ਨੂੰ ਤੁਸੀਂ ਮੇਰੇ ਵਰਗੇ ਨੂੰ ਕਹਿ ਦਿਉ ਨਾ ਮਾੜੀ ਜਿਹੀ ਵੀ ਉਹੋ ਜਿਹੀ ਗੱਲ ਤਾਂ ਮੇਰੇ ਮਨ ਦੇ ਵਿੱਚ ਬਹੁਤ ਚਿਰ ਰਹਿੰਦੀ ਹੈ ਨਾ ਖੁਦ ਨੂੰ ਬਹੁਤ ਬੁਰਾ ਫੀਲ ਹੁੰਦਾ ਰਹਿੰਦਾ ਅਤੇ ਉਹੀ ਗੱਲ ਹੋਈ ਜੇ ਸਵੇਰ ਦੇ 6 ਕੁ ਵਜੇ ਹੋਣੇ ਹੈ ਨਾ ਵੀ ਅਸੀਂ ਲੇਟ ਆਏ ਹਾਂ 2-3 ਵਜੇ ਆਏ ਹਾਂ ਉੱਥੇ ਇਹਨੇ ਲਾਤੀ ਹੈ ਨਾ 6 ਕੁ ਵਜੇ ਬੂਹਾ ਖੜਕਾਉਣ ਲੱਗ ਪਿਆ ਕੋਈ ਜਣਾ ਜ਼ੋਰ ਜ਼ੋਰ ਦੀ ਹੈ ਨਾ ਮਾਈ ਸੀ ਉਹ ਮਾਈ ਕਹਿੰਦੀ ਵੀ 5 ਮਿੰਟਾਂ 'ਚ ਤੁਹਾਨੂੰ ਤੱਤਰ ਹੋ ਜਾਓ ਕਹਿੰਦੀ ਨਹੀਂ ਮੈਂ ਪੁਲਿਸ ਲੱਗੀ ਚੱਲਦੇ ਹੈ ਨਾ ਮੈਂ ਇਹਨੂੰ ਉਹੀ ਕਿਹਾ ਮੈਂ ਕਿਹਾ ਜਾਂ ਸੌਣ ਦਿੱਤਾ ਫਿਰ ਇਹ ਦੇਖ ਇਹ ਦੰਦੀਆਂ ਕੱਢਦਾ ਕੱਢਦਾ ਨਾ ਸੋਰੀ ਸੋਰੀ ਕਹਿ ਕੇ ਤਾਂ ਨਿਕਲਾ ਅਸੀਂ ਪਰ ਮੈਨੂੰ ਬੜਾ ਫੀਲ ਜਿਹਾ ਹੋਇਆ ਸੋ ਇਹ ਚੱਕਰ ਇੱਕ ਰਸਤੇ 'ਚ ਨਾ ਥੋੜ੍ਹਾ ਜਿਹਾ ਪਿੱਛੇ ਪਿੰਡ ਆਇਆ ਸੀ ਉੱਥੇ ਬੈਨਰ ਜਿਹਾ ਲੱਗਾ ਸੀ ਅਮੈਰੀਕਾ ਦਾ ਝੰਡਾ ਲਾਇਆ ਸੀ ਅਤੇ ਨਾਲ ਸੋਲਜਰ ਦੀਆਂ ਗਰੇਵਸ ਜੀਆਂ ਬਣਾਈਆਂ ਸੀ ਉਹ ਮੈਨੂੰ ਨਾਂ ਨਹੀਂ ਪਿੰਡ ਦਾ ਯਾਦ ਰਿਹਾ ਉੱਥੇ ਲੱਗਦਾ ਭਾਰੀ ਭਰਕਮ ਲੜਾਈ ਹੋਈ ਹੋਣੀ ਆ ਵਰਲਡ ਵਾਰ 2 ਦੇ ਵਿੱਚ ਆਈ ਥਿੰਕ ਜਦੋਂ ਅਮੈਰੀਕਾ ਵੀ ਜ਼ਿਆਦਾ ਇਨਵੋਲਵ ਹੋਇਆ ਸੀ ਅਤੇ ਉਦੋਂ ਕਾਫੀ ਸੋਲਜਰ ਮਰੇ ਹੋਣਗੇ USA ਦੇ ਵੀ ਇੱਥੇ ਸਪੇਨ ਵਰਲਡ ਵਾਰ 2 ਦੇ ਵਿੱਚ ਨਿਊਟਰਲ ਰਿਹਾ ਸੀ ਵੀ ਇਸ ਕਰਕੇ ਵਰਲਡ ਵਾਰ 2 ਦੇ ਵਿੱਚ ਉਹਦੀ ਕੋਈ ਹੈ ਨਹੀਂ ਗੀ ਤੁਸੀਂ ਸੁਣੋਗੇ ਵੀ ਨਹੀਂ ਹੈ ਨਾ ਉਹਨਾਂ ਨੇ ਪਾਰਟੀਸਪੇਟ ਬਿਲਕੁਲ ਵੀ ਨਹੀਂ ਸੀ ਉਹਦੇ 'ਚ ਕੀਤਾ ਓਲਡ ਟਾਈਮ ਆਈ ਥਿੰਕ ਜਿਹੜਾ ਫਰਾਂਕੋ ਹੀ ਹੁੰਦਾ ਸੀ ਉਹਦੇ ਟਾਈਮ ਰੂਲ ਕਰਦਾ ਅਤੇ ਫਰਾਂਕੋ ਨੇ ਉਦੋਂ ਸਪੇਨ ਨੂੰ ਵੀ ਖਤਮ ਹੀ ਕਰਤਾ ਸੀ ਜਾਨੀ ਕਿ ਘਟੀਆ ਰੂਲਰ ਸੀ ਉਹ ਬਹੁਤ ਜ਼ਿਆਦਾ ਹੈ ਨਾ ਉਹ ਵੀ ਡਿਕਟੇਟਰਸ਼ਿਪ ਹੀ ਉਹ ਵੀ ਫੌਜੀ ਸੀ ਇੱਕ ਉੱਭਰਿਆ ਉਦੋਂ ਇਹ ਯੂਰਪ 'ਚ ਇਹੋ ਜਿਹਾ ਦੌਰ ਚੱਲ ਰਿਹਾ ਸੀ ਨਾ ਉਦੋਂ ਇਹੋ ਜਿਹੜੇ ਸਟੇਟ ਦੇ ਹੈੱਡ ਸੀ ਉਹ ਇਹੋ ਜਿਹੀ ਸੀ ਕੀ ਉੱਧਰ ਇਟਲੀ ਵਾਲਾ ਕੀ ਮਾਸਲੋਨੀ ਉਹਦਾ ਨਾਂ ਇਹ ਹੁੰਦਾ ਸੀ ਨਾ ਉਹ ਵੀ ਖਾਚਿਆ ਬੰਦਾ ਸੀ ਫਿਰ ਇੱਧਰ ਹਿਟਲਰ ਸੀ ਉੱਧਰ ਸਪੇਨ 'ਚ ਫਰਾਂਕੋ ਸੀ ਸੋ ਉਦੋਂ ਅਜੇ ਡੈਮੋਕ੍ਰੇਸੀਆਂ ਨਹੀਂ ਸੀ ਉਹਦੇ ਟਾਈਮ ਹੈਗੀਆਂ ਇੱਥੇ ਚੀਅਰਸ ਐਂਡ ਗੁੱਡ ਨਾਈਟ ਜੀ ਅਤੇ ਮੈਂ ਇਹਨੂੰ ਪ੍ਰਮੋਟ ਨਹੀਂ ਕਰਦਾ ਮਹਾਰਾਜ ਅਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਆਈ ਹੇਟ ਅਲਕੋਹਲ ਬਟ ਮੈਂ ਫਰੀਕੁਐਂਟ ਨਹੀਂ ਬਟ ਹਾਂ ਇਹਦੇ ਟ੍ਰਿਪ ਦੇ ਉੱਤੇ ਮੈਂ ਇੱਕ ਅੱਧਾ ਦਿਨ ਛੱਡ ਕੇ ਇੱਕ ਅੱਧੀ ਗਲਾਸੀ ਵਾਈਨ ਦੀ ਪੀ ਲੈਣਾ ਸੋ ਦੈਟਸ ਆਲ ਅਤੇ ਪਲੀਜ਼ ਮੈਂ ਕਹੂੰਗਾ ਜਦੋਂ ਵੀ ਕੋਈ ਮੈਨੂੰ ਕਦੇ ਮਿਲਿਆ ਵੀ ਜ਼ਿੰਦਗੀ ਦੇ ਵਿੱਚ ਪਲੀਜ਼ ਮੈਨੂੰ ਪੀਣ ਲਈ ਕੰਪੈਲ ਨਾ ਕਰੋ ਇਟਸ ਟੋਟਲੀ ਔਨ ਮਾਈ ਮੂਡ ਅਤੇ ਉਹ ਵੀ ਮੈਂ ਬਸ ਇੱਕ ਅੱਧਾ ਹੀ ਆ ਗਲਾਸ ਹੀ ਹੈ ਨਾ ਹਾਂ ਓਕੇ ਜੀ ਗੁੱਡ ਨਾਈਟ ਭੁੱਲ ਚੁੱਕ ਮਾਫ਼